ਸਰਸ਼ੀ ਕਾਲ ਜੀ ਮੈਲ ਅਪ੍ਰਿਤਕਰ ਹਾਜ਼ਰਾਂਜੀ ਗੁਰਵਿੰਦਰ ਸਰਸੀਨੀ ਦੁਆਰਾ ਲਿਖਿਆ ਗਿਆ ਨਾਵਲ ਮੰਤਪਾਗੀ ਕਰਮੋਂ ਦਾ ਦੂਜਾ ਵਿਆਹ ਦਾ ਭਾਗ ਨੌਵਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਜਦੋਂ ਐਮਐਲਏ ਸਭ ਨੇੜੇ ਪਹੁੰਚੇ ਤਾਂ ਉਹਨਾਂ ਨੇ ਆਪਣਾ ਆਈਡੀ ਕਾਰਡ ਕੱਢ ਕੇ ਉਸ ਨੂੰ ਵਿਖਾ ਦਿੱਤਾ ਅਤੇ ਉਹਨਾਂ ਨੂੰ ਸਾਈਡ ਵਿੱਚ ਖੜਨ ਲਈ ਕਹਿ ਦਿੱਤਾ ਤੇ ਇਹ ਵੀ ਕਿਹਾ ਕਿ ਬਿਲਕੁਲ ਜਵਾਨ ਬੰਦ ਰੱਖਿਓ ਅਤੇ ਚੁੱਪ ਹੋ ਕੇ ਸਾਈਡ ਵਿੱਚ ਖੜ ਜਾਓ ਪੁਲਿਸ ਵਾਲੇ ਡਰ ਦੇ ਮਾਰੇ ਸਾਈਡ ਵਿੱਚ ਖੜ ਗਏ ਅਤੇ ਉਹ ਡੀਐਸਪੀ ਨੂੰ ਐਮਐਲਏ ਦੀ ਆਨ ਦੀ ਸ਼ੂ ਵੀ ਨਾ ਦੇ ਸਕੇ ਐਮਐਲਏ ਸਾਹਿਬ ਨੇ ਇੱਕਦਮ ਦਰਵਾਜ਼ਾ ਖੋਲ ਦਿੱਤਾ ਤੇ ਅੱਗੇ ਕੀ ਵੇਖਦੇ ਹਨ ਡੀਐਸਪੀ ਤੇ ਥਾਣੇਦਾਰ ਉਹਨਾਂ ਵਿਚਾਰੇ ਸਲੀਮ ਤੇ ਹੁਸੈਨ ਦੇ ਪਿਤਾ ਦੇ ਸਾਹਮਣੇ ਬੈ ਕੇ ਉੱਚੀ ਉੱਚੀ ਹੱਸ ਰਹੀ ਸੀ ਜਦੋਂ ਉਹਨਾਂ ਬੇਸ਼ਰਮਾ ਨੇ ਆਪਣੀ ਗਰਦਨ ਨੂੰ ਇੱਕਦਮ ਪਿੱਛੇ ਮੁੜ ਕੇ ਵੇਖਿਆ ਤਾਂ ਵੇਖਦੇ ਸਾਰ ਹੀ ਉਹਨਾਂ ਦੇ ਸਾਹ ਸੁੱਕ ਗਏ ਅਤੇ ਆਪਣੀਆਂ ਕੁਰਸੀਆਂ ਉੱਤੇ ਖੜੇ ਹੋ ਕੇ ਇਕਦਮ ਬੜਬੜ ਕਰਨਾ ਸ਼ੁਰੂ ਕਰ ਦਿੱਤਾ ਡੀਐਸਪੀ ਐਮਐਲਏ ਸਾਹ ਨੂੰ ਵੇਖ ਕੇ ਤੁਰੰਤ ਹੀ ਪਛਾਣ ਗਿਆ ਕਿ ਹੁਣ ਉਹਨਾਂ ਉੱਤੇ ਬਹੁਤ ਵੱਡੀ ਮੁਆਫਤ ਆਉਣ ਲੱਗੀ ਹੈ ਜਿਹੜੀ 50000 ਰੁਪਏ ਸਲੀਮ ਤੇ ਹੁਸੈਨ ਦੇ ਪਿਤਾ ਤੋਂ ਥਾਣੇਦਾਰ ਨੇ ਲਈ ਸੀ ਉਸ ਨੂੰ ਸੋਚ-ਸੋਚ ਕੇ ਥਾਣੇਦਾਰ ਦੀ ਪੈਂਟ ਗਿੱਲੀ ਹੋਣ ਲੱਗ ਪਈ ਸੀ ਉਸ ਕਮਰੇ ਵਿੱਚ ਖੜੇ ਹੋਏ ਡੀਐਸਪੀ ਅਤੇ ਥਾਣੇਦਾਰ ਦੇ ਮੂੰਹੋਂ ਬੜਬੜ ਤੋਂ ਇਲਾਵਾ ਕੁਝ ਹੋਰ ਸ਼ਬਦ ਨਿਕਲ ਹੀ ਨਹੀਂ ਰਹੇ ਸੀ ਐਮਐਲਏ ਸਾਹਬ ਨੇ ਸਿੱਧਾ ਹੀ ਥਾਣੇਦਾਰ ਅਤੇ ਡੀਐਸਪੀ ਦੀ ਤਲਾਸ਼ੀ ਲੈਣ ਲਈ ਪੁਲਿਸ ਦੇ ਅਧਿਕਾਰੀਆਂ ਤੇ ਇਨਕਮ ਟੈਕਸ ਵਿਭਾਗ ਵੱਲੋਂ ਆਏ ਹੋਏ ਕਰਮਚਾਰੀਆਂ ਨੂੰ ਕਹਿ ਦਿੱਤਾ ਥਾਣੇਦਾਰ ਹਾੜੇ ਕੱਢਣ ਲੱਗ ਪਿਆ ਕਿ ਤਲਾਸ਼ੀ ਲੈਣ ਦਾ ਕੀ ਮਤਲਬ ਬੰਦਾ ਹੈ ਜੀ ਤੁਸੀਂ ਸਾਡੇ ਨਾਲ ਗੱਲ ਵੀ ਤਾਂ ਕਰ ਸਕਦੇ ਹੋ ਦੂਜੇ ਪਾਸੇ ਡੀਐਸਪੀ ਨੇ ਜਦੋਂ ਇਨਕਮ ਟੈਕਸ ਵਿਭਾਗ ਵਾਲੇ ਅਧਿਕਾਰੀਆਂ ਨੂੰ ਵੇਖਿਆ ਤਾਂ ਉਸਦੇ ਉੱਥੇ ਖੜੇ ਖੜੇ ਦੇ ਹੋਸ਼ ਗੁਮ ਹੋ ਗਏ ਅਤੇ ਉਸ ਨੂੰ ਕੁਝ ਵੀ ਨਹੀਂ ਸੁੱਝ ਰਿਹਾ ਸੀ ਕਿ ਕੀ ਕਰਾਂ ਤੇ ਕੀ ਨਹੀਂ ਡੀਐਸਪੀ ਦੇ ਮਨ ਵਿੱਚ ਇਹ ਖਿਆਲ ਚੱਲ ਰਿਹਾ ਸੀ ਕਿ ਜੇਕਰ ਥਾਣੇਦਰ ਦੀ ਜੇਬ ਵਿੱਚੋਂ ਇਨਕਮ ਟੈਕਸ ਵਿਭਾਗ ਨੇ 50000 ਰੁਪਏ ਕੱਢ ਲਏ ਤਾਂ ਉਸ ਦੀ ਨੌਕਰੀ ਦਾ ਕੀ ਬਣੇਗਾ ਥਾਣੇਦਰ ਸਾਹਮਣੇ ਖੜਾ ਹੋਇਆ 50000 ਰੁਪਏ ਕਿਤੇ ਹੋਰ ਥਾਂ ਤੇ ਲੁਕਾਉਣ ਵਿੱਚ ਅਸਮਰੱਥ ਰਿਹਾ ਤੇ ਉਸ ਵੱਲ ਇਨਕਮ ਟੈਕਸ ਵਿਭਾਗ ਦੇ ਅਧਿਕਾਰੀ ਤੇ ਉੱਚ ਕੋਟੀ ਦੇ ਪੁਲਿਸ ਦੇ ਅਫਸਰ ਵਧਣ ਲੱਗ ਪਏ ਅਤੇ ਪੁਲਿਸ ਦੇ ਵੱਡੇ ਵੱਡੇ ਅਫਸਰਾਂ ਨੇ ਥਾਣੇਦਾਰ ਦੀਆਂ ਦੋਵੇਂ ਬਾਹਾਂ ਫੜ ਕੇ ਪਿੱਛੇ ਨੂੰ ਮਰੋੜ ਦਿੱਤੀਆਂ ਇਨਕਮ ਟੈਕਸ ਵਿਭਾਗ ਦੇ ਇੱਕ ਬਹੁਤ ਵੱਡੇ ਅਫਸਰ ਨੇ ਜਦੋਂ ਥਾਣੇਦਾਰ ਦੀ ਪੈਂਟ ਦੀ ਸੱਜੀ ਜੇਬ ਵਿੱਚ ਹੱਥ ਪਾਇਆ ਤਾਂ 500 ਦੇ ਨੋਟਾਂ ਦੀ ਇੱਕ ਬਹੁਤ ਵੱਡੀ ਥੱਗੀ ਉਸਦੇ ਹੱਥ ਲੱਗ ਗਈ ਅਤੇ ਜਦੋਂ ਉਸ ਅਫਸਰ ਨੇ ਉਹ ਨੋਟ ਐਮਐਲਏ ਸਾਹਬ ਨੂੰ ਬਾਹਰ ਕੱਢ ਕੇ ਦਿਖਾਏ ਤਾਂ ਉੱਥੇ ਖੜੇ ਹੋਏ ਡੀਐਸਪੀ ਅਤੇ ਥਾਣੇਦਾਰ ਦੋਵਾਂ ਦੀ ਨਿਗਾ ਸ਼ਰਮ ਦੇ ਨਾਲ ਥੱਲੇ ਹੋ ਗਏ ਥਾਣੇਦਾਰ ਐਮਐਲਏ ਅਤੇ ਸਭ ਦੇ ਸਾਹਮਣੇ ਉਲਫਜੂਲ ਬੋਲਣ ਲੱਗ ਪਿਆ ਸੀ ਅਤੇ ਐਮਐਲਏ ਸਾਹਿਬ ਨੂੰ ਗੁੱਸਾ ਆ ਗਿਆ ਅਤੇ ਐਮਐਲਏ ਸਾਹਿਬ ਨੇ ਇਹ ਕਹਿੰਦੇ ਕਹਿੰਦੇ ਕਿ ਇੱਕ ਤਾਂ ਲੋਕਾਂ ਨੂੰ ਤੰਗ ਕਰਦੇ ਹੋ ਤੇ ਦੂਜਾ ਉਤੋਂ ਰਿਸ਼ਮਤ ਲੈਂਦੇ ਹੋ ਰੰਗੇ ਹੱਥ ਫੜੇ ਗਏ ਫਿਰ ਤੁਸੀਂ ਸਫਾਈਆਂ ਦੇਣ ਲੱਗ ਪਏ ਖਿੱਚ ਕੇ ਥਾਣੇਦਰ ਦੇ ਮੂੰਹ ਤੇ ਥੱਪੜ ਧਰ ਦਿੱਤਾ ਪਤਾ ਨਹੀਂ ਉਸ ਥਾਣੇਦਰ ਨੇ ਕਿੰਨੇ ਬੇਕਸੂਰ ਮੁੰਡਿਆਂ ਦੀ ਛੱਲ ਲਾਹੀ ਹੋਈ ਸੀ ਤਾਂ ਇਹ ਕਿੰਨੇ ਮਾਵਾ ਦੇ ਪੁੱਤ ਕੁੱਟ-ਕੁੱਟ ਕੇ ਉਸ ਥਾਣੇਦਰ ਨੇ ਲਹੂ-ਲਹਾਨ ਕਰ ਦਿੱਤੇ ਸੀ ਅਤੇ ਉੱਥੇ ਖੜੇ ਹੋਏ ਸਲੀਮ ਤੇ ਹੁਸੈਨ ਦੇ ਪਿਤਾ ਵੀ ਬੋਲ ਪਏ ਅਤੇ ਉਹ ਕਹਿਣ ਲੱਗੇ ਅਸੀਂ ਜਦੋਂ ਆਪਣਾ ਕੇਸ ਵਾਪਸ ਲੈਣ ਲਈ ਇਸ ਥਾਣੇਦਰ ਨੂੰ ਥਾਣੇ ਵਿੱਚ ਮਿਲਣ ਗਏ ਤਾਂ ਇਹ ਉਦੋਂ ਵੀ ਕਿਸੇ ਬੇਕਸੂਰ ਮਾਵਾ ਦੇ ਪੁੱਤਾਂ ਨੂੰ ਕੁੱਟਣ ਵਿੱਚ ਲੱਗਾ ਹੋਇਆ ਸੀ ਹੁਸੈਨ ਦੇ ਪਿਤਾ ਐਮ.ਐਲ.ਏ ਸਾਹਿਬ ਇਸ ਬੰਦੇ ਨੂੰ ਸੁੱਖਾ ਨਹੀਂ ਛੱਡਣਾ ਇਸ ਨੇ ਸਾਰੇ ਇਲਾਕੇ ਦਾ ਜੀਵਣਾ ਦੁੱਬਰ ਕੀਤਾ ਹੋਇਆ ਹੈ ਅਸੀਂ ਤਾਂ ਚਾਹੁੰਦੇ ਵੀ ਨਹੀਂ ਸੀ ਕਿ ਇਹ ਕੇਸ ਹੋਰ ਵਧਾਇਆ ਜਾਵੇ ਪਰ ਇਸ ਥਾਣੇਦਾਰ ਨੇ ਸਾਨੂੰ ਇੰਨਾ फडਕਾ ਦਿੱਤਾ ਸੀ ਕਿ ਅਸੀਂ ਇਹ ਕੇਸ ਲੜਨ ਲਈ ਮਜਬੂਰ ਹੋ ਗਏ ਅਸੀਂ ਨਹੀਂ ਚਾਹੁੰਦੇ ਸੀ ਕਿ ਕਿਸੇ ਬੇਕਸੂਰ ਮਾਂ ਦਾ ਪੁੱਤ ਇਸ ਤਰ੍ਹਾਂ ਪੁਲਿਸ ਥਾਣੇ ਵਿੱਚ ਇੰਨਾ ਜਾਲਮਾਂ ਦੇ ਤਸ਼ੱਦਦ ਸਹੇ ਬਹੁਤੀ ਗੱਲਾਂ ਕਰਦੇ ਹੋਏ ਐਮਐਲਏ ਸਾਹਿਬ ਨੇ ਪੁਲਿਸ ਦੇ ਵੱਡੇ-ਵੱਡੇ ਅਫਸਰਾਂ ਨੂੰ ਕਿਹਾ ਕਿ ਭਾਈ ਤੁਸੀਂ ਇਹਨਾਂ ਦੋਵਾਂ ਨੂੰ ਹੱਥ ਕੜੀਆਂ ਲਗਾ ਕੇ ਪਟਿਆਲੇ ਦੇ ਸੈਂਟਰਲ ਜੇਲ੍ਹ ਵਿੱਚ ਲੈ ਕੇ ਚੱਲੋ ਮੈਂ ਇਹਨਾਂ ਦੇ ਬਾਰੇ ਸਰਕਾਰ ਨਾਲ ਉੱਪਰ ਗੱਲ ਕਰਦਾ ਹਾਂ ਇੰਨੀ ਗੱਲ ਕਹਿਣ ਦੀ ਧੀਰ ਸੀ ਪੁਲਿਸ ਦੇ ਅਫਸਰਾਂ ਨੇ ਇਹਨਾਂ ਦੋਵਾਂ ਦੇ ਪਿੱਛੇ ਹੱਥ ਮੋੜ ਕੇ ਹੱਥ ਕੜੀਆਂ ਨਾਲ ਇਹਨਾਂ ਨੂੰ ਬੰਨ ਕੇ ਗੱਡੀ ਵਿੱਚ ਬਿਠਾ ਕੇ ਸਿੱਧਾ ਹੀ ਪਟਿਆਲੇ ਦੀ ਸੈਂਟਰਲ ਜੇਲ੍ਹ ਵਿੱਚ ਭੇਜ ਦਿੱਤਾ ਕਿਉਂਕਿ ਉਸ ਇਲਾਕੇ ਦੇ ਲੋਕ ਵੀ ਇਹਨਾਂ ਦੋਵਾਂ ਤੋਂ ਬਹੁਤ ਜ਼ਿਆਦਾ ਦੁਖੀ ਹੋ ਚੁੱਕੇ ਸੀ ਫਿਰ ਨੂਰ ਦੇ ਮਾਮਾ ਜੀ ਅਤੇ ਨੂਰ ਨੇ ਹੁਸੈਨ ਤੇ ਸਲੀਮ ਦੇ ਪਿਤਾ ਨੇ ਐਮਐਲਏ ਸਾਹਿਬ ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਐਮਐਲਏ ਸਾਹਿਬ ਨੇ ਇਹਨਾਂ ਦੋਵਾਂ ਉੱਤੇ ਐਫਆਰਆਈ ਦਰਜ ਕਰਵਾ ਕੇ ਸਰਕਾਰੀ ਤੌਰ ਉੱਤੇ ਇੱਕ ਬਹੁਤ ਵੱਡਾ ਕੇਸ ਦਰਜ ਕਰ ਦਿੱਤਾ ਤੇ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਇਆ ਗਿਆ ਕਿ ਇਹਨਾਂ ਦੋਵਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇਗੀ ਜਦੋਂ ਇਸ ਗੱਲ ਦਾ ਪਤਾ ਕਰਮੋ ਤੇ ਉਸ ਦੀ ਸ਼ਾਸਨ ਨੂੰ ਲੱਗਾ ਤਾਂ ਉਹਨਾਂ ਨੇ ਉਸ ਰੱਬ ਦਾ ਸ਼ੁਕਰ ਮਨਾਇਆ ਅਤੇ ਉਹ ਇੱਕ ਦੂਜੀ ਨੂੰ ਕਹਿ ਰਹੀ ਸੀ ਕਿ हे ਰੱਬਾ ਤੇਰਾ ਲੱਖ ਲੱਖ ਸ਼ੁਕਰ ਹੈ ਕਿ ਤੂੰ ਇਹਨਾਂ ਜ਼ਾਲਿਮਾਂ ਤੋਂ ਸਾਡਾ ਖਿਹੜਾ ਛੁੜਵਾ ਦਿੱਤਾ ਐਮਐਲਏ ਸਾਹਿਬ ਨੇ ਬਹੁਤ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਉਸ ਥਾਣੇਦਾਰ ਅਤੇ ਡੀਐਸਪੀ ਉੱਤੇ ਡੀਐਸਪੀ ਅਤੇ ਥਾਣੇਦਾਰ ਦੋਵੇਂ ਪੂਰਾ ਜੋਰ ਲਗਾ ਰਹੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਸੈਂਟਰਲ ਜੇਲ੍ਹ ਵਿੱਚੋਂ ਬਾਹਰ ਕੱਢਿਆ ਜਾਵੇ ਪਰ ਕੇਸ ਪੱਕੇ ਤੌਰ ਤੇ ਕਾਗਜ਼ਾਂ ਉੱਤੇ ਚੱਲ ਚੁੱਕਿਆ ਸੀ ਕੁਝ ਦਿਨਾਂ ਬਾਅਦ ਇਹਨਾਂ ਦੋਹਾਂ ਦੀ ਪੇਸ਼ੀ ਹੋਣੀ ਸੀ ਅਤੇ ਦੂਜੇ ਪਾਸੇ ਕਰਮੋ ਦੇ ਘਰ ਵਿੱਚ ਇੱਕ ਖੁਸ਼ੀ ਦਾ ਮਾਹੌਲ ਵੇਖਿਆ ਜਾ ਸਕਦਾ ਸੀ ਆਣਗਵਾਨ ਦੀਆਂ ਔਰਤਾਂ ਨੂੰ ਚਿਰੋ ਪਤਾ ਲੱਗਿਆ ਕਿ ਉਹ ਦੋਵੇਂ ਜ਼ਾਲਮ ਬੰਦੇ ਥਾਣੇਦਾਰ ਅਤੇ ਡੀਐਸਪੀ ਸੈਂਟਰਲ ਜੇਲ ਪਟਿਆਲਾ ਵਿੱਚ ਬੰਦ ਕਰ ਦਿੱਤੇ ਗਏ ਹਨ ਤਾਂ ਉਹ ਉਹਨਾਂ ਦੀ ਸੂ ਖਬਰ ਲੈਣ ਲਈ ਕਰਮੋ ਹੁਰਾਂ ਦੇ ਘਰ ਵਿੱਚ ਆਉਣ ਲੱਗ ਪਈਆਂ ਜਿਹੜੀਆਂ ਔਰਤਾਂ ਤੇ ਬੰਦੇ ਅੱਜ ਨੂਰ ਹੁਰਾਂ ਦੇ ਘਰ ਵਿੱਚ ਆ ਰਹੇ ਸੀ ਜਦੋਂ ਨੂਰ ਜੇਲ੍ਹ ਵਿੱਚ ਸੀ ਉਰੋ ਤੱਕ ਕੋਈ ਵੀ ਇਹਨਾਂ ਦੇ ਨਾਲ ਹੀ ਨਹੀਂ ਸੀ ਖੜਿਆ ਪਰ ਫਿਰ ਵੀ ਕਰਮੋ ਅਤੇ ਕਰਮੋ ਦੀ ਸੱਸ ਨੇ ਉਹਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਬਹੁਤ ਹੀ ਚੰਗੇ ਤਰੀਕੇ ਨਾਲ ਦੇ ਦਿੱਤੇ ਸੀ ਉਹ ਵਿਚਾਰੀਆਂ ਕਰਮੋ ਤੇ ਸੱਸ ਇਹ ਸੋਚ ਰਹੀਆਂ ਸੀ ਜੋ ਹੋਇਆ ਸੋ ਹੋਇਆ ਹੁਣ ਕਿਸੇ ਨਾਲ ਵੀ ਬਹਿਰ ਕੱਢ ਕੇ ਕੋਈ ਫਾਇਦਾ ਨਹੀਂ ਕਰਮੋ ਤੇ ਕਰਮੋ ਦੀ ਸੱਸ ਦੇ ਦਿਮਾਗ ਵਿੱਚ ਇਹ ਹੀ ਖਿਆਲ ਆ ਰਿਹਾ ਸੀ ਕਿ ਸਾਡੇ ਪੁੱਤ ਨੂਰ ਅਤੇ ਕਰਨ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਗਏ ਹਾਈ ਰੱਬਾ ਤੂੰ ਸਲੀਮ ਤੇ ਹੁਸੈਨ ਨੂੰ ਕਿਉਂ ਨਹੀਂ ਬਚਾ ਸਕਿਆ ਇਹਨੇ ਨੂੰ ਕਰਮੋ ਅਤੇ ਉਸਦੀ ਸੱਸ ਆਂਡ ਗਵਣ ਦੀਆਂ ਔਰਤਾਂ ਨਾਲ ਗੱਲਾਂ ਕਰ ਹੀ ਰਹੀਆਂ ਸੀ ਕਿ ਅਚਾਨਕ ਬਾਹਰ ਦੇ ਦਰਵਾਜ਼ੇ ਦਾ ਕੁੰਡਾ ਖੜਕਿਆ ਤੇ ਕਿਸੇ ਦੀ ਆਵਾਜ਼ ਆਈ ਕਿ ਭਾਈ ਘਰ ਵਿੱਚ ਹੈ ਕੋਈ ਉਸ ਸਮੇਂ ਨੂਰ ਆਪਣੀਆਂ ਮੱਜਾਂ ਨੂੰ ਪੱਠੇ ਪਾ ਰਿਹਾ ਸੀ ਨੂਰ ਨੇ ਆਪਣੇ ਹੱਥ ਵਿੱਚ ਟੋਕਰਾ ਇੱਕ ਪਾਸੇ ਰੱਖ ਦਿੱਤਾ ਅਤੇ ਪਿੱਛੇ ਮੁੜ ਕੇ ਵੇਖਿਆ ਤਾਂ ਦਰਵਾਜ਼ੇ ਪਿੱਛੇ ਹੁਸੈਨ ਤੇ ਸਲੀਮ ਦੇ ਪਿਤਾ ਦੋਵੇਂ ਖੜੇ ਸੀ ਅਤੇ ਨੂਰ ਨੇ ਜਲਦੀ ਜਲਦੀ ਆਪਣੇ ਹੱਥ ਪੈਰ ਸਾਫ਼ ਕੀਤੇ ਅਤੇ ਜਾ ਕੇ ਗੇਟ ਨੂੰ ਚੰਗੀ ਤਰ੍ਹਾਂ ਖੋਲ੍ਹ ਕੇ ਉਹਨਾਂ ਨੂੰ ਅੰਦਰ ਆਉਣ ਲੈ ਗਿਆ ਜਦੋਂ ਨੂਰ ਨੇ ਉਹਨਾਂ ਦੇ ਪਿੱਛੇ ਵੇਖਿਆ ਤਾਂ ਸਲੀਮ ਤੇ ਹੁਸੈਨ ਦੀਆਂ ਦੋਵੇਂ ਮਾਤਾਵਾਂ ਵੀ ਉਹਨਾਂ ਦੇ ਨਾਲ ਆਈਆਂ ਸੀ ਜਦੋਂ ਨੂਰ ਨੇ ਉਹਨਾਂ ਦੀ ਮਾਮਾਂ ਦੇ ਪੈਰਾਂ ਦੇ ਹੱਥ ਲਾਇਆ ਤਾਂ ਜਦੋਂ ਨੂਰ ਖੜਾ ਹੋਇਆ ਨੂਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਨਦੀ ਵਗ ਉੱਠੀ ਅਤੇ ਰੋਂਦਾ ਰੋਂਦਾ ਦੋਵੇਂ ਮਾਮਾ ਨੂੰ ਕਹਿਣ ਲੱਗਿਆ ਕਿ ਤੁਸੀਂ ਮੈਨੂੰ ਮਾਫ਼ ਕਰ ਦੇਣਾ ਜੀ ਅਸੀਂ ਤੁਹਾਡੇ ਜਿਗਰ ਦੇ ਟੁਕੜਿਆਂ ਨੂੰ ਨਹੀਂ ਬਚਾ ਸਕੇ ਸਲੀਮ ਤੇ ਹੁਸੈਨ ਦੀ ਮਾਮਾ ਵੀ ਆਪਣੀਆਂ ਚੁੰਨੀਆਂ ਨਾਲ ਨੂਰ ਦੀਆਂ ਗੱਲਾਂ ਸੁਣ ਸੁਣ ਕੇ ਭਾਵਕ ਹੋ ਕੇ ਆਪਣੇ ਹੰਝੂ ਪੂੰਝ ਰਹੀਆਂ ਸੀ ਨੇੜੇ ਖੜੇ ਹੋਏ ਸਲੀਮ ਤੇ ਹੁਸੈਨ ਦੇ ਦੋਵੇਂ ਪਿਤਾਮਾ ਨੇ ਨੂਰ ਨੂੰ ਰੋਂਦੋਂ ਰੋਕਿਆ ਅਤੇ ਕਿਹਾ ਕਿ ਪੁੱਤ ਹੁਣ ਕਿਸੇ ਦੇ ਵੀ ਰੋਣ ਨਾਲ ਸਾਡੇ ਪੁੱਤ ਇਸ ਦੁਨੀਆ ਵਿੱਚ ਵਾਪਸ ਨਹੀਂ ਆ ਸਕਦੇ ਫਿਰ ਨੂਰ ਪੁੱਤ ਰੋਣਾ ਕਾਹਦਾ ਹੁਣ ਚੁੱਪ ਕਰ ਜਾ ਪੁੱਤ ਹੁਣ ਨਹੀਂ ਤਾਂ ਸਾਡਾ ਵੀ ਰੋਣਾ ਨਿਕਲ ਜਾਣਾ ਅਸੀਂ ਤਾਂ ਇੱਕ ਗੱਲ ਆਪਣੇ ਦਿਮਾਗ ਵਿੱਚ ਵਸਾ ਲਈ ਪੁੱਤਰਾ ਕਿ ਇਹ ਸਭ ਕੁਝ ਉਸ ਕੁਦਰਤ ਅਤੇ ਕਾਇਨਾਤ ਦੀ ਰਜ਼ਾਮੰਦੀ ਦੇ ਵਿੱਚ ਹੋਇਆ ਹੈ ਹੁਣ ਪੁੱਤੂ ਆਪਣੇ ਆਪ ਨੂੰ ਦੋਸ਼ ਨਾ ਦੇ ਤੂੰ ਤਾਂ ਪੁੱਤ ਪਹਿਲਾਂ ਹੀ ਪੁਲਿਸ ਥਾਣੇ ਵਿੱਚ ਬਹੁਤ ਤਸ਼ੱਦਦ ਸਹਿ ਕੇ ਆਇਆ ਹੈ ਅਸਲੀ ਕਸੂਰਵਾਰਤਾ ਸੀ ਹਾਂ ਜਿਨ੍ਹਾਂ ਨੇ ਪੁਲਿਸ ਵਾਲਿਆਂ ਨੂੰ ਪੈਸੇ ਦੇ ਦੇ ਕੇ ਤੁਹਾਨੂੰ ਇੰਨਾ ਜ਼ਿਆਦਾ ਤੰਗ ਕੀਤਾ ਪੁੱਤਰਾ ਮਾਫੀ ਤਾਂ ਸਾਨੂੰ ਤੁਹਾਡੇ ਤੋਂ ਮੰਗਣੀ ਚਾਹੀਦੀ ਆ ਇਹਨੇ ਨੂੰ ਕਰਮੋ ਤੇ ਉਸਦੀ ਸੱਸ ਦਰਵਾਜ਼ੇ ਉੱਤੇ ਇਹ ਵੇਖਣ ਲਈ ਆ ਜਾਂਦੀਆਂ ਹਨ ਕਿ ਅਚਾਨਕ ਹੀ ਦਰਵਾਜ਼ੇ ਦਾ ਕੁੰਡਾ ਕਿਸੇ ਨੇ ਖੜਕਾਇਆ ਸੀ ਜਦੋਂ ਉਹ ਅੱਗੇ ਦਾ ਦ੍ਰਿਸ਼ ਵੇਖਦੀਆਂ ਹਨ ਤਾਂ ਉਹ ਦੋਵੇਂ ਵੀ ਖੁਦ ਹੀ ਆਪਣੇ ਆਪ ਨੂੰ ਸੰਭਾਲ ਨਹੀਂ ਪਾਉਂਦੀਆਂ ਤੇ ਕਰਮੋ ਦੀ ਸੱਸ ਅੱਖਾ ਸੱਖਾ ਉਹਨਾਂ ਨੂੰ ਆਪਣੇ ਘਰ ਦੇ ਅੰਦਰ ਲੈ ਜਾਂਦੀ ਹੈ। ਸਲੀਮ ਤੇ ਹੁਸੈਨ ਦੀ ਮਾਂ ਕਰਮੋ ਅਤੇ ਉਸ ਦੀ ਸੱਸ ਦੇ ਗੱਲ ਲੱਗ ਲੱਗ ਕੇ ਰੋ ਰੋ ਕੇ ਆਪਣਾ ਬੁਰਾ ਹਾਲ ਕਰ ਲੈਂਦੀਆਂ ਹਨ। ਫਿਰ ਉਹਨਾਂ ਨੂੰ ਮਸਾਂ ਹੀ ਚੁੱਪ ਕਰਾਇਆ ਜਾਂਦਾ ਹੈ। ਆਨਗਵਾਂਡ ਦੀਆਂ ਔਰਤਾਂ ਵੀ ਇਹ ਸਾਰਾ ਬਿਰਤਾਤ ਸੁਣ ਕੇ ਇਕੱਠੀਆਂ ਹੋ ਜਾਂਦੀਆਂ ਹਨ। ਉਹ ਸਾਰੀਆਂ ਔਰਤਾਂ ਇਹਨਾਂ ਨੂੰ ਪਾਣਾ ਮੰਨਣ ਬਾਰੇ ਸਮਝਾ ਰਹੀਆਂ ਸਨ। ਇਨੇ ਨੂੰ ਸਲੀਮ ਤੇ ਹੁਸੈਨ ਦੇ ਪਿੰਡ ਦੇ ਸਰਪੰਚ ਸਾਹਿਬ ਵੀ ਨੂਰ ਹੁਰਾਂ ਦੇ ਘਰ ਵਿੱਚ ਆ ਜਾਂਦੇ ਹਨ ਅਤੇ ਜਦੋਂ ਉਹ ਇਹ ਸਾਰਾ ਮਾਹੌਲ ਵੇਖਦੇ ਹਨ ਤਾਂ ਉਹ ਅੱਗੇ ਹੋ ਕੇ ਸਾਰਿਆਂ ਨੂੰ ਚੁੱਪ ਹੋਣ ਲਈ ਆਖਦੇ ਹਨ ਜਿੰਨੇ ਵੀ ਉੱਥੇ ਰੋ ਰੋ ਕੇ ਬੇਹਾਲ ਹੋਏ ਹੁੰਦੇ ਹਨ ਉਹ ਸਾਰੇ ਸਰਪੰਚ ਸਾਹਿਬ ਦੀ ਗੱਲ ਸੁਣ ਕੇ ਚੁੱਪ ਹੋ ਗਏ ਫਿਰ ਉੱਥੋਂ ਦਾ ਮਾਹੌਲ ਥੋੜਾ ਜਿਹਾ ਸ਼ਾਂਤ ਹੋ ਗਿਆ ਫਿਰ ਸਲੀਮ ਤੇ ਹੁਸੈਨ ਦੇ ਪਿਤਾ ਅਤੇ ਸਰਪੰਚ ਸਾਹਿਬ ਨੂੰ ਨੂਰ ਨੇ ਇੱਕ ਅਲੱਗ ਕਮਰੇ ਵਿੱਚ ਬਿਠਾ ਦਿੱਤਾ ਅਤੇ ਫਿਰ ਅੱਗੇ ਦੀ ਗੱਲਬਾਤ ਉਹਨਾਂ ਨੇ ਆਪਸ ਵਿੱਚ ਜਾਰੀ ਕਰ ਦਿੱਤੀ। ਨੂਰ ਨੇ ਆਪਣੇ ਮਾਮਾ ਜੀ ਨੂੰ ਵੀ ਫੋਨ ਕਰਕੇ ਆਪਣੇ ਘਰ ਹੀ ਬੁਲਾ ਲਿਆ ਅਤੇ ਇੱਕ ਕਮਰੇ ਦੇ ਵਿੱਚ ਬੈਠ ਕੇ ਉਹਨਾਂ ਨੇ ਇੱਕ ਦੂਜੇ ਨਾਲ ਦੁੱਖ ਸੁੱਖ ਸਾਂਝੇ ਕੀਤੇ ਅਤੇ ਜੋ ਵੀ ਪਹਿਲਾਂ ਇੱਕ ਦੂਜੇ ਕੋਲ ਗਲਤੀਆਂ ਹੋ ਗਈਆਂ ਸਨ ਉਹਨਾਂ ਉੱਤੇ ਪਰਦੇ ਪਾ ਦਿੱਤੇ ਗਏ ਅਤੇ ਇੱਕ ਦੂਜੇ ਨਾਲ ਖੁਸ਼ਹਾਲੀ ਵਾਲੀ ਜ਼ਿੰਦਗੀ ਜਿਉਣ ਦੀਆਂ ਹੀ ਗੱਲਾਂ ਹੋਣ ਲੱਗ ਪਈਆਂ। ਅਤੇ ਸਰਪੰਚ ਸਾਹਮਣੇ ਨੂਰ ਦੇ ਮਾਮੇ ਨਾਲ ਇੱਕ ਅਹਿਮ ਗੱਲਬਾਤ ਕੀਤੀ ਸਰਪੰਚ ਹਾਂਜੀ ਸਮਸ਼ੀਰ ਸਿੰਘ ਜੀ ਤੁਹਾਡੇ ਨਾਲ ਮੈਨੂੰ ਇੱਕ ਜ਼ਰੂਰੀ ਗੱਲਬਾਤ ਕਰਨੀ ਹੈ ਮਾਮਾ ਹਾਂਜੀ ਸਰਪੰਚ ਸਾਹਿਬ ਦੱਸੋ ਤੁਹਾਡੀ ਗੱਲ ਸਿਰ ਮੱਥੇ ਸਰਪੰਚ ਸਮਸ਼ੀਰ ਸਿੰਘ ਜੀ ਮੈਂ ਤੁਹਾਡੇ ਬਾਰੇ ਐਮਐਲਏ ਸਾਹਿਬ ਨਾਲ ਉੱਪਰ ਗੱਲ ਕੀਤੀ ਹੈ ਕਿ ਤੁਹਾਡੀ ਪ੍ਰਮੋਸ਼ਨ ਕਰਵਾ ਕੇ ਤੁਹਾਨੂੰ ਥਾਣੇਦਾਰ ਬਣਾ ਦਿੱਤਾ ਜਾਵੇ ਥਾਣੇਦਾਰ ਵੀ ਉੱਥੇ ਜਿੱਥੇ ਨੂਰ ਅਤੇ ਕਰਨ ਨੂੰ ਕੁੱਟ-ਕੁੱਟ ਕੇ ਬੇਹਾਲ ਕਰ ਦਿੱਤਾ ਸੀ ਮੈਂ ਇਹ ਸ਼ਿਫਾਰਿਸ਼ ਇਸ ਲਈ ਕੀਤੀ ਆ ਤਾਂ ਕਿ ਕੋਈ ਵੀ ਥਾਣੇਦਾਰ ਕਿਸੇ ਵੀ ਇਸ ਤਰ੍ਹਾਂ ਦੀ ਤਸ਼ੱਦਦ ਕਿਸੇ ਦੇ ਵੀ ਬੱਚੇ ਉੱਤੇ ਉਸ ਥਾਂ ਉੱਤੇ ਨਾ ਕਰ ਸਕੇ ਕਿਉਂਕਿ ਮੈਂ ਪਹਿਲਾਂ ਹੀ ਉਸ ਥਾਣੇ ਵਿੱਚੋਂ ਬਹੁਤ ਸ਼ਿਕਾਇਤਾਂ ਸੁਣ ਚੁੱਕਿਆ ਹਾਂ ਜਦੋਂ ਇਹ ਗੱਲ ਨੂਰ ਦੇ ਮਾਮੇ ਨੇ ਸੁਣੀ ਤਾਂ ਉਹ ਅੰਦਰੋਂ ਅੰਦਰ ਹੀ ਬਹੁਤ ਖੁਸ਼ ਹੋਇਆ ਅਤੇ ਸੋਚਣ ਲੱਗ ਪਿਆ ਕਿ ਸਰਜੀਤ ਸਿੰਘ ਸਰਪੰਚ ਨੇ ਮੇਰੇ ਲਈ ਸ਼ਿਫਾਰਸ਼ ਕਰਕੇ ਮੇਰੇ ਉੱਤੇ ਬਹੁਤ ਵੱਡਾ ਅਹਿਸਾਨ ਕਰ ਦਿੱਤਾ ਹੈ ਕਿਉਂਕਿ ਨੂਰ ਦਾ ਮਾਮਾ ਜਿੱਥੇ ਨੌਕਰੀ ਕਰਦਾ ਸੀ ਉੱਥੇ ਸਿਰਫ ਤੇ ਸਿਰਫ ਇੱਕ ਮੁੰਸੀ ਦੀ ਨੌਕਰੀ ਕਰਦਾ ਸੀ ਅਤੇ ਪਤਾ ਨਹੀਂ ਕਿੰਨੇ ਥਾਣੇਦਾਰਾਂ ਦੀ ਸੁਣ ਸੁਣ ਕੇ ਉਹ ਅੱਕ ਚੁੱਕਿਆ ਸੀ ਇਸ ਲਈ ਉਹ ਵੀ ਮਨੋਂ ਮਨੀ ਇਹ ਚਾਹੁੰਦਾ ਸੀ ਕਿ ਉਸ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਥਾਣੇ ਵਿੱਚੋਂ ਬਦਲੀ ਕੀਤੀ ਜਾਵੇ ਮਾਮਾ ਸਰਪੰਚ ਸਾਹਿਬ ਤੁਸੀਂ ਇਹ ਗੱਲ ਕਹਿ ਕੇ ਮੇਰੇ ਉੱਤੇ ਇੰਨਾ ਵੱਡਾ ਅਹਿਸਾਨ ਨਾ ਕਰੋ ਜੀ ਅਸੀਂ ਜਿੱਥੇ ਵੀ ਹੈਗੇ ਹਾਂ ਉੱਥੇ ਹੀ ਠੀਕ ਹਾਂ ਸਰਪੰਚ ਨਹੀਂ ਨਹੀਂ ਸ਼ਮਸ਼ੇਰ ਸਿੰਘ ਜੀ ਅਜਿਹੀ ਕੋਈ ਗੱਲ ਨਹੀਂ ਆ ਮੈਂ ਤਾਂ ਇਹ ਸ਼ਿਫਾਰਿਸ਼ ਤਾਂ ਕੀਤੀ ਆ ਤਾਂ ਕਿ ਉਸ ਥਾਣੇ ਦਾ ਕੁਝ ਭਲਾ ਹੋ ਜਾਵੇ ਬਾਕੀ ਐਮਐਲਏ ਸਾਹਿਬ ਨੇ ਮੈਨੂੰ ਕਹਿ ਦਿੱਤਾ ਸੀ ਕਿ ਇਸ ਬਾਰੇ ਮੈਂ ਉੱਪਰ ਗੱਲ ਜ਼ਰੂਰ ਕਰਾਂਗਾ ਤਾਂ ਕਿ ਜਲਦੀ ਤੋਂ ਜਲਦੀ ਥਾਣੇ ਵਿੱਚ ਇੱਕ ਇਮਾਨਦਾਰ ਅਤੇ ਨੇਕ ਥਾਣੇਦਾਰ ਬਿਠਾ ਦਿੱਤਾ ਜਾਵੇ ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਹਾਂ ਕਿ ਡੀਐਸਪੀ ਅਤੇ ਥਾਣੇਦਾਰ ਉੱਤੇ ਬਹੁਤ ਧਰਾਮਾ ਲਗਾ ਕੇ ਇੱਕ ਵੱਡਾ ਕੇਸ ਦਰਜ ਕਰ ਦਿੱਤਾ ਹੈ ਜਿਸ ਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ ਅਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਉਹਨਾਂ ਦੀ ਅਗਲੇ ਸੋਮਵਾਰ ਅਦਾਲਤ ਵਿੱਚ ਪੇਸ਼ੀ ਹੈ ਦੇਖਦੇ ਹਾਂ ਕਿ ਉਹਨਾਂ ਦਾ ਬੰਦ ਦਾ ਕੀ ਹੈ ਹਾਂ ਇੱਕ ਗੱਲ ਹੋਰ ਜ਼ਰੂਰ ਦੱਸਿਓ ਨੂਰਪਲਾ ਤੈਨੂੰ ਚੇਤੇ ਹੋਵੇਗਾ ਜਦੋਂ ਤੁਸੀਂ ਜਿਹੜੇ ਵਿੱਚ ਸੀ ਤਾ ਕਿਸੇ ਨੇ ਤੁਹਾਡੀ ਉੱਤੇ ਫੋਟੋ ਜਾਂ ਵੀਡੀਓ ਬਣਾਈ ਸੀ ਨੂਰ ਹਾਂਜੀ ਸਰਪੰਚ ਸਾਹਿਬ ਉੱਥੇ ਮੇਰੇ ਸਾਲਾ ਜੀ ਨੇ ਸਾਡੀਆਂ ਫੋਟੋਆਂ ਅਤੇ ਵੀਡੀਓ ਬਣਾ ਲਈ ਸੀ ਜਦੋਂ ਸਾਨੂੰ ਉਹ ਥਾਣੇਦਾਰ ਕੁੱਟ ਕੇ ਹਟਿਆ ਹੀ ਸੀ ਅਤੇ ਉਸ ਸਮੇਂ ਮੇਰਾ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ ਉਹ ਸਾਰੀ ਦੀ ਸਾਰੀ ਫੋਟੋਆਂ ਮੈਂ ਅੱਜ ਹੀ ਮੰਗਵਾ ਲੈਂਦਾ ਹਾਂ ਜੀ ਸਰਪੰਚ ਕਿਉਂਕਿ ਐਮਐਲਏ ਸਾਹਿਬ ਮੇਰੇ ਤੋਂ ਪੁੱਛ ਰਹੇ ਸੀ ਕਿ ਕੋਈ ਤੁਹਾਡੇ ਕੋਲ ਬਹੁਤ ਵਧੀਆ ਸਬੂਤ ਹੋਵੇ ਇਹਨਾਂ ਖਿਲਾਫ ਤਾਂ ਮੈਨੂੰ ਜ਼ਰੂਰ ਦੱਸਿਓ ਅਤੇ ਰੱਬ ਦਾ ਤੁਸੀਂ ਸਾਰੇ ਸ਼ੁਕਰ ਕਰੋ ਕਿ ਸਾਡੇ ਇਲਾਕੇ ਦਾ ਐਮਐਲਏ ਇਨਾ ਵਧੀਆ ਇਨਸਾਨ ਹੈ ਜਿਸ ਨੇ ਪਤਾ ਨਹੀਂ ਆਉਣ ਵਾਲੇ ਸਮੇਂ ਵਿੱਚ ਕਿੰਨੇ ਨੌਜਵਾਨਾਂ ਦੀ ਖਲ ਉਤਾਰਨ ਤੋਂ ਬਚਾ ਲਈ ਇੰਨੇ ਭੜੇ ਜ਼ਾਲਮ ਬੰਦੇ ਕਿਸੇ ਵੀ ਇਲਾਕੇ ਵਿੱਚ ਨਹੀਂ ਹੋਣੇ ਚਾਹੀਦੇ ਅਤੇ ਦੂਜੇ ਪਾਸੇ ਸਲੀਮ ਤੇ ਹੁਸੈਨ ਦੀਆਂ ਮਾਵਾ ਕਰਮੋ ਅਤੇ ਉਸੇ ਸਾਸਦੇ ਕੋਲ ਬੈਠੀ ਸੀ ਉਹਨਾਂ ਦਾ ਦੁੱਖ ਕਰਮੋ ਕੋਲੋਂ ਵੇਖਿਆ ਨਹੀਂ ਸੀ ਜਾ ਰਿਹਾ ਕਰਮਾ ਦੋਵੇਂ ਮਾਮਾ ਨੂੰ ਹੌਸਲਾ ਦਿੰਦੀ ਹੋਈ ਕਹਿਣ ਲੱਗੀ ਕਰਮੋ ਚਾਚੀ ਜੀ ਵੇਖੋ ਤੁਸੀਂ ਇਦਾਂ ਵਾਰ-ਵਾਰ ਨਾ ਰੋਵੋ ਮੈਂ ਜਾਣਦੀ ਹਾਂ ਕਿ ਤੁਹਾਨੂੰ ਕਿੰਨਾ ਵੱਡਾ ਦੁੱਖ ਲੱਗਿਆ ਹੈ ਇਹ ਦੁੱਖ ਕੋਈ ਵੀ ਪੂਰਾ ਨਹੀਂ ਕਰ ਸਕਦਾ ਜੇ ਤੁਸੀਂ ਇਦਾਂ ਹੀ ਰੋਂਦੇ ਰਹੇ ਤਾਂ ਤੁਹਾਨੂੰ ਘਰ ਵਿੱਚ ਸੰਭਾਲੂਗਾ ਕੌਣ ਉਸ ਤੋਂ ਬਾਅਦ ਸਲੀਮ ਦੇ ਪਿਤਾ ਦੀ ਆਵਾਜ਼ ਆਈ ਭਾਈ ਆਜੋ ਹੁਣ ਬਹੁਤ دیر ਹੋ ਚੁੱਕੀ ਆ ਆਵਾਜ਼ ਸੁਣਦਿਆਂ ਹੀ ਸਲੀਮ ਤੇ ਉਹਨਾਂ ਦੀ ਮਾਤਾ ਜੀ ਉੱਠ ਖੜੇ ਹੋਏ ਕਰਮੋ ਅਤੇ ਕਰਮੋ ਦੀ ਸੱਸ ਦੇ ਗੱਲ ਲਾ ਕੇ ਵਿਦਾ ਹੋ ਗਏ ਉਸ ਤੋਂ ਬਾਅਦ ਨੂਰ ਨੇ ਆਪਣੇ ਸਾਲੇ ਨੂੰ ਫੋਨ ਕਰਕੇ ਸਾਰੀ ਵੀਡੀਓ ਤੇ ਫੋਟੋਆਂ ਜੋ ਉਸ ਨੇ ਜੇਲ੍ਹ ਵਿੱਚ ਕੀਤੀਆਂ ਸੀ ਆਪਣੇ ਕੋਲ ਮੰਗਵਾ ਲਈਆਂ ਅਤੇ ਸਿੱਧਾ ਫਿਰ ਸਰਪੰਚ ਸਾਹਿਬ ਨੂੰ ਭੇਜ ਦਿੱਤੀਆਂ ਅਤੇ ਸਰਪੰਚ ਸਾਹਿਬ ਨੇ ਅੱਗੇ ਐਮਐਲਏ ਨੂੰ ਬਹੁਤ ਸਾਰੀਆਂ ਫੋਟੋਆਂ ਅਤੇ ਵੀਡੀਓ ਵਿਖਾ ਦਿੱਤੀਆਂ ਇਹ ਸਾਰੀ ਫੋਟੋਆਂ ਅਤੇ ਵੀਡੀਓ ਜਦ ਐਮਐਲਏ ਸਾਹਿਬ ਨੇ ਵੇਖੀਆਂ ਤਾਂ ਉਹ ਅੰਦਰੋਂ ਅੰਦਰੀ ਬਹੁਤ ਉਦਾਸ ਹੋ ਗਏ ਅਤੇ ਬਾਅਦ ਵਿੱਚ ਉਹਨਾਂ ਨੂੰ ਥਾਣੇਦਾਰ ਅਤੇ ਡੀਐਸਪੀ ਉੱਤੇ ਬਹੁਤ ਗੁੱਸਾ ਆ ਗਿਆ ਐਮਐਲਏ ਮਾਰਨ ਦੀ ਵੀ ਕੋਈ ਹੱਦ ਹੁੰਦੀ ਆ ਇਹਨਾਂ ਨੇ ਤਾਂ ਹੱਦ ਹੀ ਪਾਰ ਕਰਕੇ ਵਿਖਾ ਦਿੱਤੀ ਮੈਂ ਇਹਨਾਂ ਫੋਟੋਆਂ ਅਤੇ ਵੀਡੀਓ ਨੂੰ ਖੁਦ ਸੰਭਾਲ ਕੇ ਰੱਖਦਾ ਕਿਉਂਕਿ ਅੱਜਕੱਲ ਕਿਸੇ ਦਾ ਇਤਵਾਰ ਨਹੀਂ ਸੋਮਵਾਰ ਨੂੰ ਡੀਐਸਪੀ ਅਤੇ ਥਾਣੇਦਾਰ ਦੀ ਪੇਸ਼ੀ ਹੋਈ ਅਤੇ ਅਦਾਲਤ ਵਿੱਚ ਉਹ ਸਾਰੀ ਫੋਟੋਆਂ ਅਤੇ ਵੀਡੀਓ ਵਿਖਾ ਦਿੱਤੀਆਂ ਗਈਆਂ ਜੋ ਸਬੂਤ ਦੇ ਤੌਰ ਤੇ ਐਮਐਲਏ ਸਾਹਿਬ ਨੇ ਆਪਣੇ ਕੋਲ ਰੱਖ ਲਈਆਂ ਸੀ ਇਹ ਕੇਸ ਚੱਲਦੇ ਨੂੰ ਤਕਰੀਬਨ 3 ਮਹੀਨੇ ਹੋਏ ਸੀ ਅਤੇ ਐਮਐਲਏ ਦੇ ਜ਼ੋਰ ਪਾਉਣ ਕਾਰਨ ਡੀਐਸਪੀ ਅਤੇ ਥਾਣੇਦਾਰ ਨੂੰ 10-10 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ 10 ਲੱਖ ਰੁਪਏ ਦੋਮਾ ਉੱਤੇ ਜੁਰਮਾਨਾ ਵੀ ਲਗਾਇਆ ਗਿਆ ਇਹ ਉਸ ਇਲਾਕੇ ਵਿੱਚ ਇੱਕ ਬਹੁਤ ਵੱਡੀ ਖੁਸ਼ਕਵਰੀ ਦੀ ਗੱਲ ਮੰਨੀ ਜਾਣ ਲੱਗ ਪਈ ਕਿਉਂਕਿ ਗਰੀਬ ਤੋਂ ਗਰੀਬ ਲੋਕਾਂ ਦੇ ਪੁੱਤਰਾਂ ਨੂੰ ਇਹਨਾਂ ਨੇ ਬਹੁਤ ਮਾਰਿਆ ਕੁੱਟਿਆ ਸੀ ਅਤੇ ਇਹ ਸਭ ਕੁਝ ਹੋਣ ਤੋਂ ਬਾਅਦ ਕਾਫੀ ਸਾਰੇ ਲੋਕ ਨੂਰ ਹਰਾਂ ਦੇ ਘਰ ਵਿੱਚ ਆ ਕੇ ਉਹਨਾਂ ਦਾ ਧੰਨਵਾਦ ਕਰਨ ਲੱਗੇ ਅਤੇ ਕਹਿਣ ਲੱਗੇ ਕਿ ਤੁਹਾਡਾ ਤੇ ਤੁਹਾਡੇ ਮਾਮਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਮਿਹਨਤ ਸਦਕਾ ਅਜਿਹੇ ਜਾਲਮਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਮਿਲ ਚੁੱਕਿਆ ਹੈ ਹੁਣ ਨੂਰ ਅਤੇ ਕਰਮੋ ਇੱਕ ਬਹੁਤ ਵਧੀਆ ਜ਼ਿੰਦਗੀ ਬਤੀਤ ਕਰਨ ਬਾਰੇ ਸੋਚ ਰਹੇ ਸੀ ਅਤੇ ਕਰਮੋ ਦੀ ਸੱਸ ਨੂੰ ਹੁਣ ਚੈਨ ਦਾ ਸਾਹ ਆਇਆ ਉਸਨੇ ਉਸ ਰੱਬ ਦਾ ਲੱਖ ਲੱਖ ਸ਼ੁਕਰ ਮਨਾਇਆ ਜਿਸ ਨੇ ਇੰਨੀਆਂ ਮੁਸ਼ਕਲਾਂ ਵਿੱਚੋਂ ਕੱਢ ਕੇ ਉਹਨਾਂ ਨੂੰ ਇੱਕ ਪੱਧਰਾ ਰਾਹ ਵਿਖਾ ਹੀ ਦਿੱਤਾ ਹੁਣ ਨੂਰ ਨੇ ਫੈਸਲਾ ਕੀਤਾ ਕਿ ਉਹ ਆਪਣੀ ਸਾਰੀ ਖੇਤੀ ਆਪ ਕਰਿਆ ਕਰੋ ਨੂਰ ਨੇ ਆਪਣੀ ਜਿੰਨੀ ਵੀ ਜ਼ਮੀਨ ਠੇਕੇ ਉੱਤੇ ਦਿੱਤੀ ਹੋਈ ਸੀ ਉਹ ਸਾਰੀ ਵਾਪਸ ਆਪਣੇ ਕੋਲ ਰੱਖ ਲਈ ਖੁਦ ਖੇਤੀ ਕਰਨ ਵਾਸਤੇ ਨੂਰ ਨੇ ਸਭ ਤੋਂ ਪਹਿਲਾਂ ਖੇਤੀ ਕਰਨ ਵਾਸਤੇ ਇੱਕ ਚੱਲਦਾ ਮਹੀਂਦਰਾ ਟਰੈਕਟਰ ਲੈ ਲਿਆ ਨੂਰ ਤਾਂ ਜਿੱਦ ਕਰ ਰਿਹਾ ਸੀ ਕੀ ਮੇ ਅਜੰਸੀ ਵਿੱਚੋਂ ਨਵਾਂ ਟਰੈਕਟਰ ਕੜਵਾਉਣਾ ਹੈ ਪਰ ਕਰਮੋ ਨੇ ਉਸ ਨੂੰ ਅੱਜ ਦੇ ਹਾਲਾਤਾਂ ਬਾਰੇ ਚੰਗੀ ਤਰ੍ਹਾਂ ਸਮਝਾ ਦਿੱਤਾ ਜਿਸ ਤੋਂ ਬਾਅਦ ਹੋਰ ਚੰਗੀ ਤਰ੍ਹਾਂ ਸਮਝਾ ਦਿੱਤਾ ਗਿਆ ਅਤੇ ਉਸ ਨੇ ਇੱਕ ਪੁਰਾਣਾ ਟਰੈਕਟਰ ਲੈ ਕੇ ਖੇਤੀ ਕੰਮ ਬਾਰੇ ਫੈਸਲਾ ਕਰ ਲਿਆ ਕਿਉਂਕਿ ਨੂਰ ਹੁਰਾਂ ਦਾ ਪਹਿਲਾਂ ਹੀ ਬਹੁਤ ਖਰਚਾ ਆ ਚੁੱਕਿਆ ਸੀ ਇਸ ਕੇਸ ਨੂੰ ਰਫਾ ਦਫਾ ਕਰਨ ਵਾਸਤੇ ਫਿਰ ਨੂਰ ਨੇ ਹੌਲੀ-ਹੌਲੀ ਖੇਤੀਬਾੜੀ ਦੇ ਸਾਰੇ ਸੰਦ ਇੱਕ-ਇੱਕ ਕਰਕੇ ਇਕੱਠੇ ਕਰ ਲਏ ਅਤੇ ਨੂਰ ਨੇ ਫਿਰ ਆਂਗਗਵਾਂਡ ਵਿੱਚ ਪਤਾ ਕਰਕੇ ਆਪਣੇ ਖੇਤਾਂ ਨਾਲ ਲੱਗਦੇ ਹੋਏ ਗਵਾਂਡੀਆਂ ਦੇ ਖੇਤਾਂ ਨੂੰ ਵੀ ਠੇਕੇ ਅਤੇ ਵਟਾਈ ਉੱਤੇ ਲੈਣਾ ਸ਼ੁਰੂ ਕਰ ਦਿੱਤਾ। ਵੇਖਦੇ ਵੇਖਦੇ ਨੂਰ ਤਕਰੀਬਨ 35 ਕਿੱਲਿਆਂ ਦੀ ਖੇਤੀ ਵੜੀ, ਖੁਦ ਇਕੱਲਾ ਕਰਨ ਲੱਗ ਪਿਆ। ਨੂਰ ਸਾਰਾ-ਸਾਰਾ ਦਿਨ ਖੇਤਾਂ ਵਿੱਚ ਟਰੈਕਟਰ ਚਲਾਉਂਦਾ ਰਹਿੰਦਾ ਸੀ। ਕਈ ਵਾਰ ਤਾਂ ਨੂਰ ਨੂੰ ਆਪਣੀ ਰੋਟੀ ਪਾਣੀ ਵੀ ਚੇਤੇ ਨਹੀਂ ਰਹਿੰਦਾ। ਬਸ ਮਨ ਵਿੱਚ ਇਹ ਖਿਆਲ ਸੀ ਕਿ ਆਪਣੇ ਘਰ ਦੇ ਜਿੰਨੇ ਵੀ ਹਾਲਾਤ ਵਿਗੜੇ ਹੋਏ ਸੀ, ਉਸ ਨੂੰ ਜਲਦੀ ਤੋਂ ਜਲਦੀ ਠੀਕ ਕਰ ਲੈਣਾ। ਖੜਾਕੇ ਦੀ ਧੁੱਪ ਦੇ ਵਿੱਚ ਨੂਰ, ਜੇਠਾੜ ਦੀਆਂ ਧੁੱਪਾਂ ਦੇ ਵਿੱਚ ਪੱਛਮ ਵੱਲੋਂ ਆਉਂਦੀ ਹੋਈ ਹਵਾ ਦਾ ਸੇਕ ਉਸ ਦੇ ਸਰੀਰ ਨੂੰ ਅੰਦਰੋਂ-ਅੰਦਰੀ ਜਵਾਲਾਮੁਖੀ ਦੇ ਲਾਵੇ ਵਾਂਗ ਤਪਾਉਣ ਲੱਗ ਪਿਆ। ਕਈ ਵਾਰ ਨੂਰ ਆਪਣੇ ਟਰੈਕਟਰ ਨੂੰ ਰੋਕੇ ਨੇੜੇ ਕਿਸੇ ਸ਼ਾਨਦਾਰ ਦਰਖਤ ਦੇ ਥੱਲੇ ਬੈਠ ਜਾਂਦਾ ਸੀ। ਇੱਕ ਦਿਨ ਨੂਰ ਜਲਦੀ ਹੀ ਘਰ ਤੋਂ ਨਿਕਲ ਗਿਆ ਖੇਤ ਪਾਉਣ ਵਾਸਤੇ ਅਤੇ ਆਪਣੇ ਨਾਲ ਉਹ ਇੱਕ ਛੋਟੀ ਜਹੀ ਬੋਤਲ ਪਾਣੀ ਦੀ ਲੈ ਗਿਆ ਉਸਨੇ ਸੋਚਿਆ ਇਸ ਨਾਲ ਮੇਰਾ ਜਦੋਂ ਵੀ ਮੂੰਹ ਸੁੱਕੇਗਾ ਤਾਂ ਮੈਂ ਥੋੜਾ ਥੋੜਾ ਪਾਣੀ ਪੀ ਕੇ ਆਪਣੇ ਗੱਲ ਨੂੰ ਗਿੱਲਾ ਕਰਦਾ ਰਹਾਂਗਾ ਨੂਰ ਨੂੰ ਖੇਤ ਵਾਉਂਦੇ ਵਾਉਂਦੇ ਦੁਪਹਿਰ ਹੋ ਚੁੱਕੀ ਸੀ ਪਰ ਉਹ ਹਲੇ ਵੀ ਜੇਠ ਹਾੜ ਦੀਆਂ ਤੱਤੀਆਂ ਲੋਹਾਂ ਦੇ ਵਿੱਚ ਆਪਣੇ ਹੱਥਾਂ ਤੇ ਪੈਰਾਂ ਨੂੰ ਮਜ਼ਬੂਤ ਕਰਦਾ ਹੋਇਆ ਖੇਤਾਂ ਨੂੰ ਵਾਹੀ ਜਾ ਰਿਹਾ ਸੀ ਅਚਾਨਕ ਇੱਕ ਅਜਹੀ ਘਟਨਾ ਉੱਥੇ ਵਾਪਰੀ ਕਿ ਨੂਰ ਦਾ ਦਿਲ ਬਾਹਰ ਨਿਕਲ ਕੇ ਉਸਦੇ ਹੱਥ ਵਿੱਚ ਆ ਗਿਆ ਜਦੋਂ ਨੂਰ ਆਪਣੀ ਟਰੈਕਟਰ ਉੱਤੇ ਮਿੱਠੇ-ਮਿੱਠੇ ਗਾਣੇ ਲਾ ਕੇ ਵਾਹੀ ਕਰ ਰਹੀ ਸੀ ਤਾਂ ਜਿੱਥੇ ਦੀ ਉਸ ਦੇ ਟਰੈਕਟਰ ਨੇ ਜਾਣਾ ਸੀ ਉੱਥੇ ਅੱਗੇ ਟਟਿਰੀ ਪੰਛੀ ਨੇ ਆਪਣੇ ਆਂਡੇ ਦਿੱਤੇ ਹੋਏ ਸੀ ਤੇ ਉਹ ਆਂਡੇ ਉਸਨੇ ਥੋੜਾ-ਬਹੁਤ ਫੂਸ ਇਕੱਠਾ ਕਰਕੇ ਜ਼ਮੀਨ ਉੱਤੇ ਹੀ ਖੇਤ ਵਿੱਚ ਰੱਖੇ ਹੋਏ ਸੀ ਨੂਰ ਬਿਲਕੁਲ ਬੇਖਿਆਲ ਸੀ ਉਸ ਨੂੰ ਨਹੀਂ ਪਤਾ ਸੀ ਕਿ ਅੱਗੇ ਉਸ ਟਟਿਰੀ ਪੰਛੀ ਨੇ ਆਪਣੇ ਆਂਡੇ ਦਿੱਤੇ ਹੋਏ ਨੇ ਤੇ ਉਹ ਟਟਿਰੀ ਪੰਛੀ ਉਹਨਾਂ ਆਂਡਿਆਂ ਉੱਤੇ ਹੀ ਬੈਠੀ ਰਹੀ ਕਿਉਂਕਿ ਇੱਕ ਮਾਂ ਹੀ ਜਾਣਦੀ ਆ ਕਿ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਉਹ ਕੀ ਕੁਝ ਕਰ ਸਕਦੀ ਹੈ ਤੇ ਕਿੱਥੋਂ ਤੱਕ ਗੁਜ਼ਰ ਸਕਦੀ ਹੈ ਕਿਉਂਕਿ ਮਾਂ ਖੁਦ ਵੀ ਨਹੀਂ ਜਾਣਦੀ ਕਿ ਉਹ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣ ਵਾਸਤੇ ਕਿਸ ਹੱਦ ਤੱਕ ਜਾ ਸਕਦੀ ਹੈ ਨੂਰ ਨੇ ਉਸ ਪੰਛੀ ਨੂੰ ਆਂਡਿਆਂ ਉੱਤੇ ਬੈਠੇ ਹੋਏ ਵੀ ਨਹੀਂ ਵੇਖਿਆ ਉਹ ਤਾਂ ਟਰੈਕਟਰ ਉੱਤੇ ਲੱਗੇ ਹੋਏ ਗਾਣਿਆਂ ਵਿੱਚ ਮਸਤ ਸੀ ਨੂਰ ਨੇ ਸਿੱਧਾ ਜਾ ਕੇ ਟੀਰੀ ਅਤੇ ਉਸਦੇ ਆਂਡਿਆਂ ਉੱਪਰ ਦੀ ਟਰੈਕਟਰ ਚੜਾ ਦਿੱਤਾ ਜਦ ਨੂਰ ਦੇ ਟਰੈਕਟਰ ਥੱਲੇ ਉਹ ਪੰਛੀ ਜ਼ੋਰ-ਜ਼ੋਰ ਦੀ ਚੀਕਾਂ ਮਾਰ ਰਿਹਾ ਸੀ ਨੂਰ ਨੂੰ ਥੋੜਾ ਜਿਹਾ ਲੱਗਿਆ ਤਾਂ ਸੀ ਕਿ ਕੋਈ ਨਾ ਕੋਈ ਆਵਾਜ਼ ਤਾਂ ਕਿਧਰੋਂ ਆ ਰਹੀ ਆ ਪਰ ਨੂਰ ਨੇ ਇਸ ਨੂੰ ਬਿਲਕੁਲ ਨਜ਼ਰਅੰਦਾਜ਼ ਕਰ ਦਿੱਤਾ ਉਸ ਨੇ ਸੋਚਿਆ ਸੀ ਕਿ ਇਧਰੋਂ ਉਧਰੋਂ ਆ ਰਹੀ ਹੋਵੇਗੀ ਜਦੋਂ ਉਹ ਆਪਣੇ ਟਰੈਕਟਰ ਨੂੰ 10-15 ਮੀਟਰ ਅੱਗੇ ਲੈ ਕੇ ਗਿਆ ਤਾਂ ਉਸ ਨੇ ਅਚਾਨਕ ਪਿੱਛੇ ਗਰਦਨ ਘੁਮਾ ਕੇ ਵੇਖਿਆ ਤਾਂ ਉਸ ਪੰਛੀ ਦੇ ਖੰਭ ਖਿਲਰੇ ਪਏ ਸੀ ਨੂਰ ਨੇ ਟਰੈਕਟਰ ਨੂੰ ਉੱਥੇ ਹੀ ਰੋਕ ਦਿੱਤਾ ਅਤੇ ਜਲਦੀ ਜਲਦੀ ਟਰੈਕਟਰ ਤੋਂ ਥੱਲੇ ਉਤਰਿਆ ਅਤੇ ਜਿੱਥੇ ਉਹ ਪੰਛੀ ਦੇ ਖੰਭ ਖਿਲਰੇ ਪਏ ਸੀ ਉੱਥੇ ਭੱਜ ਖੜਾ ਹੋਇਆ ਜਦੋਂ ਨੇੜੇ ਜਾ ਕੇ ਵੇਖਿਆ ਤਾਂ ਨੂਰ ਨੂੰ ਲੱਗਿਆ ਕਿ ਉਸਨੇ ਇੱਕ ਮਾਂ ਤੇ ਉਸਦੇ ਬੱਚਿਆਂ ਦਾ ਇਕੱਠੇ ਹੀ ਕਤਲ ਕਰ ਦਿੱਤਾ ਅਤੇ ਉਹ ਬੋਲ ਰਿਹਾ ਸੀ ਕਿ ਨੂਰ ਰੋਂਦੇ ਹੋਏ ਰੱਬਾ ਇਹ ਤੂੰ ਕੀ ਮੈਥੋਂ ਕਰਵਾ ਦਿੱਤਾ ਇਸ ਮਾਸੂਮ ਪੰਛੀ ਦਾ ਕੀ ਕਸੂਰ ਸੀ ਨੂਰ ਨੂੰ ਉਸ ਸਮੇਂ ਸਭ ਤੋਂ ਜ਼ਿਆਦਾ ਗੁੱਸਾ ਆਪਣੇ ਉੱਤੇ ਹੀ ਆ ਰਿਹਾ ਸੀ ਅਤੇ ਉਹ ਇਹ ਸੋਚ ਰਿਹਾ ਸੀ ਕਿ ਮੈਂ ਆਪਣੇ ਆਪ ਨੂੰ ਇਸੀ ਕਿਹੜੀ ਸਜ਼ਾ ਦੇ ਸਕਦਾ ਹਾਂ ਨੂਰ ਨੇ ਜਿੱਥੇ ਕੰਬ ਖਿਲਰੇ ਹੋਏ ਸੀ ਉੱਥੇ ਆਪਣੇ ਹੱਥਾਂ ਨਾਲ ਮਿੱਟੀ ਨੂੰ ਪਾਸੇ ਹਟਾ ਕੇ ਵੇਖਿਆ ਤਾਂ ਮਿੱਟੀ ਦੇ ਥੱਲੇ ਉਸ ਪੰਛੀ ਦੇ ਆਂਡਿਆਂ ਵਿੱਚੋਂ ਬੱਚਿਆਂ ਦੀ ਛੋਟੀ-ਛੋਟੀ ਮਾਸ ਦੀਆਂ ਬੋਟੀਆਂ ਖਿਲਰੀਆਂ ਪਈਆਂ ਸਨ ਬਾਕੀ ਦੀ ਕਹਾਣੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਨਾਵਲ ਨੂੰ ਪੂਰਾ ਸੁਣਨ ਦੇ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਧੰਨਵਾਦ ਜੀ